ਭਵਾਨੀਗੜ੍ਹ ਦੇ ਪਟਿਆਲਾ ਸੰਗਰੂਰ ਮੁੱਖ ਮਾਰਗ 'ਤੇ ਨਾਭਾ ਕੈਂਚੀਆਂ ਦੇ ਕੋਲ ਓਵਰਬ੍ਰਿਜ 'ਤੇ ਇੱਕ ਕਾਰ ਅਤੇ ਬੱਸ ਦੇ ਵਿੱਚ ਆਹਮਣੋ ਸਾਹਮਣੇ ਟੱਕਰ ਦੇ ਵਿੱਚ ਕਾਰ ਸਵਾਰ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਭਵਾਨੀਗੜ੍ਹ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨੂੰ ਨਾਜ਼ੁਕ ਦੇਖਦਿਆਂ ਉਸ ਨੂੰ ਡਾਕਟਰਾਂ ਵੱਲੋਂ ਪਟਿਆਲੇ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪਟਿਆਲਾ ਨਿਵਾਸੀ ਗੁਰਚਰਨ ਵੀਰ ਭਵਾਨੀਗੜ੍ਹ ਤੋਂ ਪਟਿਆਲਾ ਵੱਲ ਆਪਣੀ ਕਾਰ 'ਚ ਜਾ ਰਿਹਾ ਸੀ ਅਤੇ ਵਨ ਵੇ ਸੜਕ 'ਤੇ ਉਸਦੀ ਕਾਰ ਉਲਟੀ ਦਿਸ਼ਾ ਵਿੱਚ ਜਾਂਦੀ ਹੋਈ ਪਟਿਆਲਾ ਸਾਈਡ ਤੋਂ ਆ ਰਹੀ ਇੱਕ ਬੱਸ ਦੇ ਵਿੱਚ ਜਾ ਵੱਜੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪ੍ਰਗੱਛੇ ਉੱਡ ਗਏ, ਕਾਰ ਚਾਲਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਅਤੇ ਕਾਰ 'ਚ ਹੀ ਫਸ ਗਿਆ, ਜਿਸ ਨੂੰ ਬਹੁਤ ਹੀ ਮੁਸ਼ਕਿਲ ਦੇ ਨਾਲ ਬਾਹਰ ਕੱਢਿਆ ਗਿਆ। ਪਰ ਹੈਰਾਨੀ ਦੀ ਗੱਲ ਇਹ ਹੋਈ ਕਿ ਮੌਤ ਦੇ ਮੂੰਹ ਦੇ ਵਿੱਚ ਪਏ ਉਸ ਵਿਅਕਤੀ ਨੂੰ ਕਿਸੇ ਨੇ ਵੀ ਹਸਪਤਾਲ ਲਿਜਾਣ ਦੀ ਹਿੰਮਤ ਨਹੀਂ ਕੀਤੀ। ਪਰ ਸੰਗਰੂਰ ਜਾ ਰਹੇ ਤਿੰਨ ਕਾਰ ਸਵਾਰ ਮਨਜੀਤ ਸਿੰਘ, ਹਰਿੰਦਰਪਾਲ ਅਤੇ ਉਹਨਾਂ ਦਾ ਇੱਕ ਹੋਰ ਸਾਥੀ ਅਵਤਾਰ ਸਿੰਘ ਰਿੰਪੀ ਇਸ ਜ਼ਖਮੀ ਲਈ ਫਰਿਸ਼ਤਾ ਬਣ ਕੇ ਸਾਬਤ ਹੋਏ। ਉਸ ਨੂੰ ਚੁੱਕ ਕੇ ਪਹਿਲਾਂ ਐਂਬੂਲੈਂਸ ਦੇ ਵਿੱਚ ਪਾਇਆ ਅਤੇ ਫਿਰ ਹਸਪਤਾਲ ਦੇ ਵਿੱਚ ਮੁੱਢਲੀ ਸਹਾਇਤਾ ਵੀ ਦਵਾਈ ਅਤੇ ਉਸ ਵਕਤ ਤੱਕ ਉਸ ਕੋਲ ਰਹੇ ਜਦੋਂ ਡਾਕਟਰਾਂ ਨੇ ਜ਼ਖਮੀ ਨੂੰ ਡਾਕਟਰੀ ਸਹਾਇਤਾ ਨਹੀਂ ਦੇ ਦਿੱਤੀ। ਉਹਨਾਂ ਦੱਸਿਆ ਕਿ ਕਾਰ ਸਵਾਰ ਉਲਟੀ ਦਿਸ਼ਾ 'ਚ ਪਟਿਆਲਾ ਵੱਲ ਨੂੰ ਜਾ ਰਿਹਾ ਸੀ ਅਤੇ ਉਸ ਦੀ ਕਾਰ ਸਿੱਧੀ ਸਾਹਮਣੇ ਆ ਰਹੀ ਬੱਸ ਦੇ ਵਿੱਚ ਜਾ ਵੱਜੀ, ਪਰ ਲੋਕਾਂ ਨੇ ਇਸ ਵਿਅਕਤੀ ਨੂੰ ਚੁੱਕਣ ਲਈ ਕੋਈ ਵੀ ਮਦਦ ਨਹੀਂ ਕੀਤੀ। ਅਸੀਂ ਸਿਰਫ ਇਨਸਾਨੀ ਦੇ ਨਾਤੇ ਇਸ ਨੂੰ ਲੈ ਕੇ ਆਏ ਹਾਂ, ਭਾਵੇਂ ਕਿ ਗਲਤੀ ਇਸ ਦੀ ਹੀ ਸੀ। ਬਹਰਹਾਲ ਇਸ ਜ਼ਖਮੀ ਨੂੰ ਇਹਨਾਂ ਤਿੰਨ ਨੌਜਵਾਨਾਂ ਨੇ ਬਚਾ ਕੇ ਇੱਕ ਚੰਗਾ ਸੰਦੇਸ਼ ਦਿੱਤਾ ਹੈ, ਪਰ ਨਾਲ ਹੀ ਤਮਾਸ਼ਬੀਨ ਭੀੜ 'ਚੋਂ ਇਸ ਜ਼ਖਮੀ ਨੂੰ ਹਸਪਤਾਲ ਲਿਜਾਣ ਸਮੇਂ ਮਦਦ ਨਾ ਕਰਨਾ ਲੋਕਾਂ ਦੀ ਸੋਚ ਦਰਸਾਉਂਦਾ ਹੈ, ਜੋ ਸਿਰਫ ਮੋਬਾਈਲ 'ਤੇ ਵੀਡੀਓ ਤਾਂ ਬਣਾ ਸਕਦੇ ਹਨ ਪਰ ਕਿਸੇ ਨੂੰ ਬਚਾ ਨਹੀਂ ਸਕਦੇ। ਭਵਾਨੀਗੜ੍ਹ ਤੋਂ ਮਨੋਜ ਸ਼ਰਮਾ, ਆਜ਼ਾਦ ਟੀਵੀ ਨਿਊਜ਼। ਮਨਜੀਤ ਜੀ, ਕੀ ਮਾਮਲਾ ਜਦੋਂ ਤੁਸੀਂ ਮੌਕੇ 'ਤੇ ਪਹੁੰਚੇ? ਇਨਸਾਨ ਨੇ ਸਾਹਮਣੇ ਗੱਡੀ ਮਾਰੀ ਬੱਸ ਦੇ ਵਿੱਚ ਜੀ, ਡਰਿੰਕ ਕੀਤੀ ਹੋਈ, ਰੋਂਗ ਸਾਈਡ ਆ ਰਹੇ ਸੀ। ਚਲੋ ਬਚ ਗਿਆ ਰੱਬ ਦੀ ਮਿਹਰ, ਰਾਸਤਾ ਵਾਲੀ ਬੱਸ ਦਾ ਕੋਈ ਕਸੂਰ ਨਹੀਂ ਜੀ। ਮੈਂ ਮੌਕੇ 'ਤੇ ਗਵਾਹ, ਜਦੋਂ ਮਰਜ਼ੀ ਬੈਠੇ ਸੀ। ਤੁਸੀਂ ਚੱਕ ਕੇ ਲਿਆ? ਮੈਂ ਚੱਕ ਕੇ ਲਿਆ। ਠੀਕ ਹੈ ਜੀ, ਕਿੰਨੀ ਕੁ ਬੁਰੀ ਹਾਲਤ ਸੀ ਜਦੋਂ ਲਿਆਏ? ਬਹੁਤ ਮਾੜੀ ਬੁਰੀ ਹਾਲਤ ਸੀ ਜੀ, ਗੋਡੇ 'ਤੇ ਸੱਟ ਲੱਗੀ ਹੋਈ ਹੈ, ਅੱਖਾਂ ਮੂੰਹ 'ਤੇ ਸਰੀਰ 'ਤੇ ਸਾਰੇ ਸੱਟ ਲੱਗੇ ਹੋਏ। ਮਨਜੀਤ ਜੀ, ਸੁਣਿਆ ਤੁਸੀਂ ਖਾਣਾ ਖਾ ਕੇ ਬੱਸ ਦੇ ਪਿੱਛੇ ਸੀ, ਬੱਸ ਸਹੀ ਜਾ ਰਹੀ ਸੀ? ਅਸੀਂ ਬੱਸ ਦੇ ਪਿੱਛੇ ਆ ਰਹੇ ਸੀ, ਅੱਗੋਂ ਆ ਰਹੇ ਸੀ, ਇਹ ਵਨ ਵੇ ਰੋਡ ਤੇ ਤੇ ਭਵਾਨੀਗੜ ਸਾਈਡ ਤੋਂ ਆ ਰਹੇ ਸੀ ਜੀ। ਬੱਸ ਖਾਣਾ ਖਾ ਕੇ ਹਨੀ ਢਾਬੇ ਤੋਂ ਸਾਡੇ ਮੂਹਰੇ ਚੱਲੀ ਹੈ ਜੀ, ਬੱਸ ਦਾ ਕੋਈ ਕਸੂਰ ਨਹੀਂ। ਇਹਨੇ ਸਾਹਮਣੇ ਲੈ ਕੇ ਵਿੱਚ ਮਾਰੀ, ਵਿੱਚ ਮਾਰੀ, ਆਊਟਸਾਈਡ ਕੀਤੀ ਹੋਈ ਸੀ। ਬਾਈ, ਅਸੀਂ ਇੱਕ ਇਨਸਾਨੀਅਤ ਦੇ ਨਾਂ 'ਤੇ ਇੱਕ ਇਨਸਾਨ ਦੀ ਅਸੀਂ ਕਦਰ ਕੀਤੀ ਹੈ ਜੀ, ਇਨਸਾਨ ਨੂੰ ਬਚਾਇਆ। ਲੋਕ ਇੱਥੋਂ ਦੇ ਕਾਨੂੰਨ ਤੋਂ ਡਰਦੇ, ਕਿਸੇ ਵੀ ਐਕਸੀਡੈਂਟ ਕੇਸ ਨੂੰ ਹੱਥ ਨਹੀਂ ਪਾਉਂਦੇ, ਪਰ ਅਸੀਂ ਇੱਕ ਰੱਬ ਨੂੰ ਕਹਿ ਕੇ ਵੀ ਸਾਡੇ 'ਤੇ ਜੋ ਹੁੰਦਾ ਹੋ ਜਾਵੇ, ਪਰ ਅਸੀਂ ਇੱਕ ਇਨਸਾਨ ਨੂੰ ਜ਼ਰੂਰ ਬਚਾਉਣਾ। ਅਸੀਂ ਚੱਕ ਕੇ ਲਏ ਹਾਂ, ਠੀਕ ਹੈ, ਅਸੀਂ ਲੈ ਕੇ ਆਏ ਹਾਂ ਜੀ, ਠੀਕ ਹੈ। ਅਸੀਂ ਐਂਬੂਲੈਂਸ ਨੂੰ ਕਾਲ ਕੀਤੀ, ਐਂਬੂਲੈਂਸ ਮੰਗਾਈ, ਲੋਕਾਂ ਨੂੰ ਕਿਹਾ ਕਿ ਇਹ ਬੰਦੇ ਨੂੰ ਗੱਡੀ 'ਚੋਂ ਕੱਢੋ, ਇਹ ਬੰਦਾ ਮਰ ਜੂ ਗੱਡੀ ਦੇ ਵਿੱਚ। ਸਾਡੇ ਆਉਂਦਿਆਂ ਨੂੰ ਕਾਫੀ ਇਕੱਠ ਹੋਇਆ ਸੀ ਅਤੇ ਅਸੀਂ ਕਿਸੇ ਨੇ ਕੋਈ ਨਹੀਂ ਚੱਕਿਆ ਜੀ। ਬਿਲਕੁਲ, ਦੇਖੋ ਮੈਂ ਕਹਿੰਦਾ ਵੀ ਕਿਸੇ ਨੇ ਕੋਈ ਨਹੀਂ ਚੱਕਿਆ, ਲੋਕ ਡਰਦੇ ਸੀਗੇ। ਆ ਉਹਦੀ ਮਾਤਾ ਦਾ ਫੋਨ ਹੈ ਘਰੋਂ, ਇਹ ਬਾਈ ਦਾ ਫੋਨ ਹੈ ਘਰੋਂ, ਫੋਨ ਵਾਰ ਵਾਰ ਕਿਸੇ ਦੇ ਕਿਸੇ ਦਾ ਫੋਨ ਆ ਰਿਹਾ ਅਤੇ ਅਸੀਂ ਉਹਨਾਂ ਨੂੰ ਦੱਸ ਚੁੱਕੇ ਹਾਂ ਕਿ ਤੁਹਾਡਾ ਬੱਚਾ ਸਿਵਲ ਹੋਸਪਿਟਲ ਭਵਾਨੀਗੜ੍ਹ ਅਸੀਂ ਲੈ ਕੇ ਆ ਚੁੱਕੇ ਹਾਂ, ਠੀਕ ਹੈ। ਜਿੰਨਾ ਕੁ ਅਸੀਂ ਕਹਿੰਦੇ ਵੀ ਸਾਡੇ 'ਤੇ ਜੋ ਹੋਣਾ ਹੋ ਜਾਵੇ ਕੋਈ ਚੱਕਰ ਨਹੀਂ ਸਾਨੂੰ, ਅਸੀਂ ਸਿਰਫ ਇੱਕ ਇਨਸਾਨੀਅਤ ਦੇ ਨਾਂ 'ਤੇ ਇਸ ਬੰਦੇ ਨੂੰ ਗੱਡੀ 'ਚੋਂ ਕਢਾ ਕੇ, ਡਰਾਈਵਰ ਬੱਸ ਦਾ ਭੱਜ ਗਿਆ ਜਿਹਦੇ ਨਾਲ ਐਕਸੀਡੈਂਟ ਹੋਇਆ, ਠੀਕ ਹੈ ਜੀ। ਅਸੀਂ ਡਰਾਈਵਰ ਡਰਦਾ ਭੱਜ ਗਿਆ, ਡਰਾਈਵਰ ਡਰਦਾ ਭੱਜ ਗਿਆ, ਡਰਾਈਵਰ ਡਰਦਾ ਭੱਜ ਗਿਆ। ਅਸੀਂ ਪੰਜਾਬ ਪੁਲਿਸ ਨੂੰ ਵੀ ਸਾਡੇ ਆ, ਅਸੀਂ ਪੰਜਾਬ ਪੁਲਿਸ ਨੂੰ ਵੀ ਕਾਲ ਕੀਤੀ ਹੈ, ਕਸੂਰ ਹੈਗਾ ਨਹੀਂ ਕਿਸੇ ਦਾ ਵੀ ਕਸੂਰ, ਚਲੋ ਸਾਡੇ ਇਸ ਬੰਦੇ ਦਾ ਜੋ ਗੱਡੀ ਚਲਾ ਰਿਹਾ ਸੀ। ਚਲੋ ਬ੍ਰਦਰ ਵਿਚਾਰਾ ਇਹ ਜਦੋਂ ਪੈਗ ਲਾਇਆ ਸੀ ਉਹਦਾ ਰੋਂਗ ਸਾਈਡ ਤਾਂ ਆਉਂਦਾ ਸੀ, ਕਿਤੇ ਅਚਾਨਕ ਵੱਜ ਗਈ, ਠੀਕ ਹੈ, ਚਲੋ ਕੋਈ ਗੱਲ ਨਹੀਂ, ਹੈ ਨਾ, ਚਲੋ ਬੰਦੇ ਦੁਨੀਆ ਜਾਣ ਇਹਦੇ ਬਚ ਚੁੱਕੀ ਹੈ, ਇਹਦੀ ਲੱਤ ਬਾਂਹ ਟੁੱਟ ਚੁੱਕੀ ਹੈ, ਜਿੰਨੀ ਵੀ ਸੱਟ ਵੱਜੀ ਹੈ ਨਾ,
ਬਾਈ ਦੇ। ਚਲੋ ਕੋਈ ਡਰਦਾ ਹੱਥ ਨਹੀਂ ਲਾਉਂਦੇ, ਲੋਕ 100-150 ਲੋਕ ਇਕੱਠਾ ਹੋਇਆ ਸੀ, ਕੋਈ ਹੱਥ ਨਹੀਂ ਸੀ ਪਾਉਂਦਾ। ਅਸੀਂ ਰੌਲਾ ਪਾਇਆ, ਕਢਾਇਆ ਗੱਡੀ 'ਚੋਂ ਆ ਕੇ ਵੀ ਇਨਸਾਨ ਨੂੰ ਤਾਂ ਬਚਾ ਦਿਉ। ਚਲੋ ਕੋਈ ਗੱਲ ਨਹੀਂ, ਗੱਡੀ ਟੁੱਟ ਜਾਂਦੀ ਆ, ਜੋ ਵੀ ਹੁੰਦਾ ਨਾ, ਪਰਮਾਤਮਾ ਕਰੇ ਆਪਾਂ ਇੱਕ ਇਨਸਾਨ ਦੀ ਤਾਂ ਕਦਰ ਕਰਨੀ ਚਾਹੀਦੀ ਹੈ ਨਾ। ਅਤੇ ਅਸੀਂ ਇਸ ਬੰਦੇ ਨੂੰ ਇੱਥੇ ਭਵਾਨੀਗੜ੍ਹ ਸਿਵਲ ਹੋਸਪਿਟਲ ਲੈ ਕੇ ਆਏ ਹਾਂ, ਹੁਣ ਇਹਦੀ ਫੈਮਿਲੀ ਇੱਥੋਂ ਆ ਰਹੀ ਹੈ ਅਤੇ ਇੱਥੋਂ ਰੈਫਰ ਹੋਏ ਪਟਿਆਲੇ।